हाँ जी, की हाल चाल है सारा। मैं तो अपना मोहित ठीक और फिर तो वेलकम है तुहाडा मेरे नवे ब्लॉग दे विच। सो अज हैगा दूजा दिन ते आपां जा रहे हां हुण चंडीगढ़ तो केदारनाथ। ते बहुत लेट हो गए, उठ लगे 11 बजे, उठे 12 बजे असीं निकलना सी, पर होप असीं निकलांगे हुण 1 बजे निकल जाएंगे। साडा एक नवा साथी भी आने लगा कल, वो घर रह गया सी हरमन, वो भी आऊगा, उन्हें भी लैन जा रहा है। तो हजे ਇੱਥੇ ਇਹ ਹਜੇ ਉੱਠੇ ਨਹੀਂ। ਕਿਵੇਂ ਰਿਹਾ ਭਾਰਤੀ ਕੱਲ੍ਹ ਦਾ ਦਿਨ? ਕੇਦਾਰਨਾਥ ਜਾਣਾ ਬਾਬੇ, ਉੱਠੋ, ਬਾਬਾ ਬੁਲਾ ਰਿਹਾ ਆਪਾਂ ਨੂੰ। ਓਏ ਹੇ ਏ ਪੁਸੀ, ਹੇ ਬ੍ਰੋ, ਕੀ ਹੁੰਦਾ? ਲੈਟਸ ਗੋ, ਚਲੋ ਉੱਠੋ ਯਾਰ ਜਲਦੀ ਕੁਛ। ਆ ਕੱਲ੍ਹ 2 ਰੂਮ ਲਿੱਤੇ ਸੀ ਸਾਰੇ, ਗੱਦਾ ਇੱਥੇ ਚੱਕ ਲਿਆ, ਕਹਿੰਦੇ ਇੱਧਰ ਹੀ ਸੋਵਾਂਗੇ। ਇਸ ਤਾਂ ਬਈ ਉੱਧਰ ਉਹ ਲੱਗਦਾ ਇਹਨਾਂ ਨੂੰ, ਕੀ ਹੁੰਦਾ ਉਹ, ਡਰ। ਉਹ ਖੜਾ ਹੋਏ ਸਾਲਾ, 1 ਵੱਜ ਗਿਆ। ਹਾਏ ਥੈਂਕਸ ਬ੍ਰੋ। ਕੇਦਾਰਨਾਥ ਮਹਾਦੇਵ ਕੇ ਦਰਸ਼ਨ ਕਰਨੇ, ਵਾਹ ਕਿੱਥੋਂ? ਰੂਮ ਚਾਹੀਏ ਕੋ ਬਤਾ ਦੇਣਾ, ਮੈਂ ਫੋਨ ਕਰਵਾ ਦੂੰਗਾ। ਸੱਚੀ ਦੱਸ? ਹਾਂ ਹਾਂ ਚਾਹੀਏ ਰੂਮ ਤੋਂ। ਅਰੇ ਮੇਰਾ ਘਰ ਵਹੀ ਨਹੀਂ ਹੈ। ਸੋਹਾ ਵਹੀ ਸੋਹਾ, ਤੁਹਾਨੂੰ ਪਤਾ ਹੀ ਨਹੀਂ ਹੈ? ਫਿਰ ਤੂੰ ਰੂਮ ਵਾਲੇ ਕਰਾ ਦੇ ਸਾਨੂੰ ਯਾਰ ਉੱਥੇ। ਰੂਮ ਮੈਂ ਬੰਦੇ ਕਾ ਫੋਨ ਕਰਕੇ ਨਾ ਵੀ ਬਤਾਤਾ ਹੂੰ ਤੁਹਾਨੂੰ। ਹੋਰ ਯਾਰ ਉੱਥੇ ਪਰ ਕਹਿੰਦੇ ਬਹੁਤ ਮਹਿੰਗੇ ਮਹਿੰਗੇ ਕਮਰੇ ਨੇ। ਕੈਮਰੇ ਨੀ ਕਮਰੇ, ਕਮਰੇ ਮਹਿੰਗੇ ਹੀ ਮਿਲੇਂਗੇ, ਸਸਤੇ ਥੋੜਾ ਮਿਲੇਗਾ। ਕਿੰਨੇ ਕਿੰਨੇ ਕਾ ਮਿਲੇਗਾ? ਬੈਡ ਬੈਡ ਕੇ ਹਿਸਾਬ ਸੇ ਮਿਲਤਾ, 1000 ਰੁਪਏ ਕਾ ਇੱਕ ਬੈਡ। ਤੰਬੂ ਵੀ ਹੁੰਦੇ ਨੇ ਉੱਥੇ ਹਨਾ? ਤੇ ਉਹ ਉਹ ਤਾਂ ਉਹ ਸਹੀ ਰਹਿਣਗੇ। ਉਹ ਹੈਗਾ ਕੋਈ ਜਾਣ ਪਛਾਣ ਦਾ? ਉਹ ਵਾਲਾ ਵੀ ਹੈ ਯਾਰ ਇੱਕ, ਮੈਂ ਫੋਨ ਅਜੇ ਕਰਤਾ ਹੂੰ, ਤੁਮ ਚਾਹੇ ਕਰੋ 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 ਕਰੋ। ਵੀ ਇਹ ਵੀ ਸਾਡੇ ਲਈ ਆਸਾਨ ਹੋ ਗਿਆ, ਸਾਡਾ ਜਿਹੜਾ ਦੋਸਤ ਸੀਗਾ ਹੋਟਲ ਵਾਲਾ, ਇਹਨੂੰ ਜਾਣਦਾ ਕੇਦਾਰਨਾਥ, ਕੇਦਾਰਨਾਥ ਦਾ ਹੀ ਹੈ, ਤੇ ਸਾਨੂੰ ਰੂਮ ਵੀ ਵਧੀਆ ਮਿਲ ਜਾਣਗੇ ਉੱਥੇ। ਹੁਣ ਚੱਲਦੇ ਹਾਂ ਆਪਾਂ। ਸੋ ਹੁਣ ਅਸੀਂ ਫਟਾਫਟ ਤਿਆਰ ਹੁੰਦੇ ਹਾਂ, ਨਹਾਉਂਦੇ ਹਾਂ ਆਪਦਾ, ਆ ਖਾ ਲਈਏ ਪਹਿਲਾਂ ਅਤੇ ਫਿਰ ਨਹਾਈਏ, ਫਿਰ ਚੱਲਦੇ ਹਾਂ ਆਪਾਂ ਸਿੱਧਾ ਕੇਦਾਰਨਾਥ। ਬਣੇ ਰਹੋ ਬਲੌਗ ਦੇ ਨਾਲ, ਮਿਲਦੇ ਹਾਂ ਆਪਾਂ ਅੱਗੇ। ਇਹ ਦੇਖ ਲਓ ਹੁਣ ਉੱਠੇ ਨੇ, ਅਤੇ ਉੱਠਦੇ ਸਾਰ ਇਹਨਾਂ ਨੇ ਚਲਾ ਲਿਆ। ਹਾਏ ਹਨੀ, ਪਤਾ ਨਹੀਂ ਕੀ ਕਿਹੜੀ ਐਪ ਚਲਾਈ ਜਾਂਦੇ ਨੇ ਭਾਰਤੀ। ਚਲੋ ਯਾਰ ਨਾਲੋ ਬਾਈ ਬਣ ਕੇ ਤੂੰ ਨਾਲ ਹੈ ਤੂੰ ਪਾ ਜਾ। ਕੀ ਹਾਲ ਆ ਬਾਈ? ਨਾਈਸ ਨਾਈਸ ਜੋਕ। ਉਨੀਆਂ ਹੀ ਮਾਵਾਂ ਨੇ ਬਸ ਸਰੀਰ ਕੋ ਆਉਂਦਾ, ਫਿਰ ਨਾ ਅੱਗੇ ਸਾਰੇ ਚੱਲਦੇ ਹਾਂ, ਨਿਕਲਦੇ ਹਾਂ, ਫਿਰ ਦਿਖਾਂਗਾ ਤੁਹਾਨੂੰ ਆਪਾਂ ਅੱਗੇ ਵਲੋਗ 'ਚ। ਬਣੇ ਰਹੋ, ਬਹੁਤ ਘੈਂਟ ਘੈਂਟ ਵਲੋਗ ਨੂੰ ਪੂਰਾ ਫਿਨਿਸ਼ਰ ਇੰਨੇ, ਮੈਂ ਨਵਾਂ ਵਲੋਗ ਪਾਇਆ, ਤੁਸੀਂ ਦੇਖੋ ਜਾ ਕੇ, ਜਿਹਨੇ ਨਹੀਂ ਦੇਖਿਆ ਦੇਖੋ ਉਹਨੂੰ ਵੀ ਆ ਕੇ, ਠੀਕ ਹੈ? ਐ ਨਹੀਂ ਬੰਦ ਹੁੰਦੀ ਬਾਈ ਇਹ, ਸਮਾਨ ਦੇਖੀ ਕਿੰਨਾ ਬਾਈ, ਨਹੀਂ ਆਉਂਦੇ ਤੀਸਰਾ ਸਾਥੀ ਰਿੰਕੂ। ਚਲੋ ਯਾਰ ਫਟਾਫਟ ਆਪਾਂ ਗੱਡੀ ਠੀਕ ਕਰਾ ਲਈਏ, ਫਿਰ ਚੱਲਦੇ ਆ ਸਿੱਧਾ ਆਪਾਂ ਦੇਹਰਾਦੂਨ, ਉੱਥੇ ਰੁਕਾਂਗੇ ਅੱਜ। ਤਿਆਰ ਹੈ ਫਿਰ ਕਿਤੀਰੇ? ਹਾਂਜੀ ਸਰ, ਹਾਂਜੀ ਜ਼ਰੂਰ ਬ੍ਰੋ, ਦੇਖ ਦੇਖ ਵਲੌਗ ਦੇਖ। ਹਾਂਜੀ ਸੋ ਹੁਣ ਆਪਾਂ ਹੈਗੇ ਹਾਂ ਚੰਡੀਗੜ੍ਹ, ਅਤੇ 2 ਵੱਜ ਗਏ ਆ, ਪਰ ਅਸੀਂ ਖੜ੍ਹੇ ਹਾਂ ਇੱਥੇ ਮੋਟਰ ਮਾਰਕੀਟ 'ਚ, ਕਿਉਂਕਿ ਗੱਡੀ ਖਰਾਬ ਹੋ ਗਈ ਸੀਗੀ। ਆ ਦੇਖੋ ਮੈਂ ਦਿਖਾਉਂਦਾ ਤੁਹਾਨੂੰ, ਗੱਡੀ ਦੇ ਨਾ ਆ ਸ਼ੀਸ਼ਾ ਖੁੱਲ੍ਹਦਾ, ਨਾ ਉੱਤਰਲਾ ਖੁੱਲ੍ਹਦਾ, ਤਾਂ ਕਰਕੇ ਗੱਡੀ ਖਰਾਬ ਹੋ ਗਈ ਸੀਗੀ। ਅਤੇ ਪਿੱਛੇ ਵੀ ਆ ਟਾਇਰ ਵੀ ਦੇਖੋ ਕਿੰਨੇ ਕਿੰਨੇ ਨਾਲ ਇਹਦੇ ਭਿੱਡ ਰਹੇ ਨੇ ਟਾਇਰ, ਇਸ ਕਰਕੇ ਨਾ ਸਮਾਨ ਵੀ ਪਿੱਛੇ ਬਹੁਤ ਹੈ, ਤਾਂ ਕਰਕੇ ਸਾਰਾ ਕੱਢਣਾ ਪਊਗਾ। ਬਈ ਹੋ ਜੂਗੀ, ਕਿੰਨਾ ਕੁ ਟਾਈਮ ਲੱਗੂਗਾ ਬਈ? ਅੱਧਾ ਘੰਟਾ ਲੱਗੂਗਾ, ਆਪਾਂ ਨਿਕਲਾਂਗੇ 4 ਵਜੇ ਸਹੀ।
अद्धा घंटा लगूगा यार, तू ही कर देना, तेन भी तो सारा करनी कि कुलचे खाएगा मैं पता तू ओ कट ल। चलो फिर की पी रहा यार मुना सवाल है बई तेरे फैन हो गए कि मेरे के कुछ एक नंबर चीज बनाई है मोगू मोगू सारा कुछ वेल है दस दे कितने खड़ा है भाई भाई तेरे लिए तेरी मशहूरी कर दें चंडीगढ़ है दिल फिट लो बाईपास कम बाईपास कम बाईपास चंडीगढ़ 38 सेक्टर मोटर मार्केट के बीच किन्ने गिलास पी आए तीजा तेरा ब्रो वंस मोर चार गिलास पी आ उधर गड्डी ठीक हो रही है इधर आस आपका हाजमा ठीक कर रहे ने भाई 10 रुपए का वो किन्नवा गिलास है भरी तेरा अच्छा ओए भाई मेरा एट वद भरी की वद पाइनएप्पल पाइनएप्पल अरे गाच मेरे गाच सर वद वाली मेरे लाए तो वद ठीक है मैं बना दे भाई दो एक और दी और कट ले मतलब पा दे भाई मतलब खड़े खड़े इतने पी गए 10 गिलास तो पी हो गए ना सारे पहली बार पीते ने ते बई ने सिरा लाता 36 सेक्टर पाइनएप्पल का जूस सबसे मशहूर जूस बस गड्डी ठीक हो जाए यार फिर चलते हैं फटाफट थोड़ा भी ले ले ओ आ गया ओ एक में घंटा खड़ाई रख इस मिठा पा दे और इन्होंने कुछ नहीं चाहिए हां जी सो फाइनली अपनी गड्डी ठीक होगी आ पासा नहीं होया दूजा पासा गड्डी का ठीक हो गया तो हूँ असं कपड़े क्ढन आए क्योंकि कपड़े बहुत हो गए सी तो मीह भी आ गया हूँ आप इतने जाके गल करते हैं हूँ फाइनली असं निकलन लगे हाँ असं है 63 सैक्टर आपके कपड़े थोड़े जे कटते ताकि भार कट जाए क्योंकि ये टायर है ना जो टायर ये थले लगते थे करके अभी फिर कपड़े कटते चलो फाइनली केदारनाथ चल पे ਹਾਂਜੀ ਸੋ ਅਜੇ ਅਸੀਂ ਚੰਡੀਗੜ੍ਹ ਵੀ ਨਹੀਂ ਪਹੁੰਚੇ ਤੇ ਪਹਿਲਾਂ ਹੀ ਯਾਰ ਹੋਣੀ ਗੋਲ ਗੱਪੇ ਖਾਣ ਲੱਗ ਗਏ ਅਸਲੀ ਇੱਧਰ ਆਇਆ ਪਲੇਟ ਫੜ ਲੈ ਆ ਗਿਆ ਆ ਗਿਆ ਲਿਆ ਬਾਬੇ ਖਵਾ ਦੇ ਇਹਨੂੰ ਰਜਾ ਦੇ ਵੀ ਸਿੱਧਾ ਕੇਦਾਰਨਾਥ ਜਾ ਕੇ ਰੁਕੀਏ ਲਿਆ ਯਾਰ ਜਲਦੀ ਜਲਦੀ ਫਿਰ ਚੱਲੀਏ ਲੋ ਜੀ ਫਾਈਨਲੀ ਆਪਾਂ ਪਹਾੜਾਂ 'ਚ ਪਹੁੰਚ ਗਏ ਤੇ ਇੱਥੇ ਪਰ ਹੁਣ ਕੀ ਹੋ ਗਿਆ ਇੱਥੇ ਥੋੜੀ ਗੱਡੀ ਯਾਰ ਨੀਚੇ ਲੱਗ ਰਹੀ ਹੈ ਹਰਮਨ ਕਰ ਕੋਈ ਹਿੱਲਾ ਓਏ ਆਹ ਕਿੱਥੋਂ ਗੱਡੀ ਹੈ ਸੋ ਆਪਾਂ ਪਹੁੰਚ ਗਏ ਹੁਣ ਪਤਾ ਨਹੀਂ ਕਿੱਥੇ ਪਹੁੰਚੇ ਪਹਾੜਾਂ 'ਚ ਪਹੁੰਚ ਗਏ ਅਤੇ ਹੁਣ ਦੇਹਰਾਦੂਨ ਰੁਕਾਂਗੇ ਸ਼ਾਇਦ ਅੱਜ ਬਾਕੀ ਦੇਖੋ ਜੇ ਹਿੰਮਤ ਰਹੀ ਤਾਂ ਕੇਦਾਰਨਾਥ ਹੀ ਖਿੱਚ ਦਾਂਗੇ ਨਹੀਂ ਤਾਂ ਦੇਹਰਾਦੂਨ ਰੁਕਾਂਗੇ ਬਾਕੀ ਦੇਖੋ ਇੱਦਾਂ ਦਾ ਕੁਛ ਵਿਊ ਹੈ ਗੱਡੀਆਂ ਆ ਰਹੀਆਂ ਨੇ ਪਹਾੜ ਵੀ ਠੀਕ ਠੀਕ ਆਏ ਨੇ ਹਜੇ ਤਾਂ ਬਾਕੀ ਅੱਗੇ ਚੱਲ ਕੇ ਦੇਖਦੇ ਹਾਂ ਕਿੱਦਾਂ ਦਾ ਮਾਹੌਲ ਹੈ ਆਹ ਖੜੇ ਸਾਰੇ ਕੇਦਾਰਨਾਥ ਵਾਲੇ
सो हुण तुहानू आपां अगे मिलदे आ, बाल बूल हो रहे होणगे खराब पूरे है ना, शकल भी। सो कोई ना बाइक पर दर्शन कर लीए, उस तो बाद कोई चक्कर नहीं, ताई करके सारा कुछ कर रहे हैं। गड्डी पता नहीं कितों ना थलो लग रही है कि वह जो जाती होंगी ना गड्डी पहाड़ा च, तो वह नीचों फिर लगन लग जाती है। बैक से समान भी ज़्यादा वैसे घटाता से, फिर भी ज़्यादा हो रहा समान। हूँ देखते हैं करी जाते हैं हीला, जो हो गया ठीक है, नहीं तो फिर अं खिंचा। सो हूँ बस चलते हैं इतों की, चलो चले केदारनाथ, लैट्स गो। हो गया वे चलो हो गया। चलो आ कट लिए सफर, फिर तुम अगे मिलते हैं, अगे दिखाने व्यू कह जहाँ होंगे, ना देखते हैं ना नज़ारे लेने, बने रहो ब्लॉग के नाल। ओके हाँ जी, सो फाइनली आप देहरादून पहुँच गए हैं, टाइम हो गया सवे रात के, सॉरी रात के बज गए ने 11, तो फाइनली पहुँचे हैं हूँ, बहुत थक गए हूँ, पहला कुछ खा लिए, असं आए हैं हूँ इतने के एफ सी, हूँ चाहते हैं के एफ सी यार कुछ खाइए, चावल राइस बाउल, ये फिर होटल लैके फिर उत्थे देखांगे, कमरे जाके थोड़े ना गल्ला बात करांगे। ओके यार थक गए आंधी बढ़ गई, और उन्हें गर्म नहीं किया, वो खर्च कौन जा रहा है, कुछ कुछ है भाई, तू गलत पड़ गया है, क्या गलत है लेडीज आ गई भाई, कुछ जल्दी आया वे, किवें लग रहे देखी और जो बाबे मार करो वे, कल रो देख पाया ती दे बंदा। हां जी, सो फाइनली आपा होटल ले लिया, ते होटल देख के ना सच्ची डर जा लगन लग गया। देखो थोनू मैं होटल दिखाना, रूम टूर दिखाना, आ देखो आ देखो, जिवें फिल्मां च नहीं हुंदा भी भूत हुंदे ने इत्थे चंद्रमुखी हणा, उवें डर जा लगता। वैसे रूम वधिया ने, रूम दिखाने थोनू हुण, ओहो भाई रूम ठीक है बाल तब सारा जोर बेड़ा पत्थर लाया हुआ है भाई, फिर ठीक है रेट भी। ओहो हाँ जी, सो रूम राम आप ले लिया, तो देहरादून देहरादून सारे हूँ सुते पे ने, दो जने उधर से, मैं तो ये इतने वह उधर सो रहे ने, इतों बाद हूँ आप अगले ब्लॉग से कल जाना आप केदारनाथ, हूँ थक रहे हैं बहुत ज़्यादा, पूरी हालत हो रही है, हम तो नींद पूरी करते हैं आप अपनी, तो फिर थोड़ू कल मिलते हैं, कल वाले ब्लॉग से दिखावे थोड़ा केदारनाथ, ठीक है बाबे भी चलेंगे, तो उद तक वीडियो लाइक करो, कमेंट करो, तो शेयर जरूर करो, ठीक है शेयर कर दो यार, हम इन वधिया वधिया ब्लॉग मैं मेहनत कर रहे हैं भी वधिया ब्लॉग आ है ना, क्योंकि घर तो रोज़ एक जे ब्लॉग आएंगे जी तो मज़ा नहीं आना सी, सो हूँ वधिया वधिया ब्लॉग आने वाले ने, लाइक करो, कमेंट करो, तो शेयर जरूर करो, तो चैनल में सबसक्राइब जरूर कर लियो यार, जिन्ने लोग भी देखते हैं प्लीज़ चैनल में सबसक्राइब करके जायो, तो मिलते थोड़ा आप कल, उसके बाद ध्यान रखो, जिंदगी जिंदाबाद।